हेलो एवरीवन, वेलकम बैक टू आवर चैनल। स्वागत है जी ਤੁਹਾਡਾ ਸਾਡੇ ਚੈਨਲ ਤੇ। ਅੱਜ ਅਸੀਂ ਬਣਾ ਰਹੇ ਹਾਂ ਵਾਈਟ ਚਨੇ, ਜਿਸ ਨੂੰ ਤੁਸੀਂ ਛੋਲੇ ਵੀ ਕਹਿ ਦਿੰਦੇ ਆ। ਇਸ ਨੂੰ ਅਸੀਂ ਓਵਰਨਾਈਟ ਭਿਗੋ ਕੇ ਰੱਖ ਦਿੱਤਾ ਸੀ ਤੇ ਹੁਣ ਅਸੀਂ ਇਹਨੂੰ ਕੁੱਕਰ 'ਚ ਬੋਇਲ ਕਰ ਲਿਆ। ਇਹਦੇ ਨਾਲ ਸਾਡੇ ਕੋਲ ਥੋੜੇ ਜਿਹੇ ਛੋਟੇ ਛੋਟੇ ਕੱਟੇ ਹੋਏ ਪੋਟੇਟੋਸ ਹੈਗੇ ਨੇ, ਜਿਨ੍ਹਾਂ ਨੂੰ ਅਸੀਂ ਪਾਣੀ 'ਚ ਭਿਉਂ ਦਿੱਤਾ ਹੈ ਕਿ ਸਟਾਰਚ ਨਿਕਲ ਜਾਵੇ। ਇਹਨੂੰ ਤੁਸੀਂ ਆਪਣੀ ਚੋਇਸ ਦੇ ਨਾਲ ਬਣਾ ਸਕਦੇ ਆ। ਜੇ ਤੁਸੀਂ ਨਹੀਂ ਲਾਈਕ ਕਰਦੇ ਪੋਟੇਟੋ ਤੇ ਤੁਸੀਂ ਸਕਿਪ ਵੀ ਕਰ ਸਕਦੇ ਆ। ਇੱਧਰ ਸਾਡੇ ਕੋਲ ਹੈਗਾ ਆ ਓਨੀਅਨ, ਟਮਾਟੋ, ਗਾਰਲਿਕ, ਜਿੰਜਰ ਅਤੇ ਗ੍ਰੀਨ ਚਿੱਲੀ। ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਗ੍ਰਾਇੰਡ ਕਰਾਂਗੇ, ਗਾਰਲਿਕ, ਗ੍ਰੀਨ ਚਿੱਲੀ ਅਤੇ ਜਿੰਜਰ ਨੂੰ। ਅਤੇ ਉਸ ਤੋਂ ਬਾਅਦ ਅਸੀਂ ਗ੍ਰਾਇੰਡ ਕਰਾਂਗੇ ਓਨੀਅਨ ਅਤੇ ਫਿਰ ਟਮਾਟੋਸ ਨੂੰ। ਕਿਉਂਕਿ ਮੈਂ ਤਰੀ ਵਾਲੀ ਸਬਜ਼ੀ ਬਣਾ ਰਹੀ ਹਾਂ, ਇਸ ਕਰਕੇ ਮੈਂ ਮੋਟਾ ਮੋਟਾ ਕੱਟ ਲਿਆ ਅਤੇ ਇਸ ਨੂੰ ਮੈਂ ਗ੍ਰਾਇੰਡ ਕਰ ਲਵਾਂਗੀ। ਇੱਧਰ ਸਾਡੇ ਕੋਲ ਹੈਗੇ ਨੇ ਸਪਾਈਸਿਸ। ਮੈਂ ਥੋੜ੍ਹਾ ਜਿਹਾ ਸਾਲਟ ਲਿਆ ਆ ਸਿਰਫ ਮਸਾਲੇ ਵਾਸਤੇ, ਕਿਉਂਕਿ ਮੈਂ ਪਹਿਲਾਂ ਚਨਿਆਂ ਦੇ ਵਿੱਚ ਆਪਣਾ ਸਾਲਟ ਥੋੜ੍ਹਾ ਜਿਹਾ ਪਾਤਾ ਸੀ। ਛੋਟਾ ਸਪੂਨ ਸਾਡੇ ਕੋਲ ਹੈਗਾ ਆ ਕੈਰਮ ਸੀਡਸ, ਜਿਹਨੂੰ ਅਸੀਂ ਆਪਾਂ ਕਹਿ ਦਿੰਦੇ ਹਾਂ ਅਜਵੈਨ। ਇੱਧਰ ਸਾਡੇ ਕੋਲ ਹੈਗਾ ਜੀਰਾ, ਨਾਲ ਹੀ ਧਨੀਆ ਅਤੇ ਥੋੜ੍ਹਾ ਜਿਹਾ ਸੁੱਕਾ ਜੀਰਾ ਅਤੇ ਹਲਦੀ। ਇੱਧਰ ਸਾਡੇ ਕੋਲ ਹੈਗੀ ਹੈ ਗ੍ਰੀਨ ਕੋਰੀਐਂਡਾ, ਜਿਹਨੂੰ ਆਪਾਂ ਧਨੀਆ ਕਹਿ ਦਿੰਦੇ ਹਾਂ। ਇਹ ਜਦੋਂ ਆਪਣੀ ਸਬਜ਼ੀ ਬਣ ਗਈ ਉਸ ਤੋਂ ਬਾਅਦ ਅਸੀਂ ਪਾ ਦਾਂਗੇ। ਚਲੋ ਹੁਣ ਕਰਦੇ ਹਾਂ ਪਹਿਲਾਂ ਗ੍ਰਾਇੰਡ। ਹਾਂਜੀ, ਹੁਣ ਅਸੀਂ ਸਾਰਾ ਕੁਛ ਗ੍ਰਾਇੰਡ ਕਰ ਲਿਆ ਹੈ, ਜਿਹਦੇ ਵਿੱਚ ਪਹਿਲਾਂ ਅਸੀਂ ਕੀਤਾ ਆ ਜਿੰਜਰ, ਗਾਰਲਿਕ ਅਤੇ ਗ੍ਰੀਨ ਚਿੱਲੀ ਨੂੰ, ਅਤੇ ਫਿਰ ਅਸੀਂ ਓਨੀਅਨ ਨੂੰ ਗ੍ਰਾਇੰਡ ਕੀਤਾ ਆ, ਅਤੇ ਨਾਲ ਹੀ ਅਸੀਂ ਆਪਣੇ ਟਮਾਟੋ ਗ੍ਰਾਇੰਡ ਕਰ ਲਿਆ। ਹੁਣ ਅਸੀਂ ਪੈਨ ਦੇ ਵਿੱਚ ਥੋੜ੍ਹਾ ਜਿਹਾ ਮਸਟਰਡ ਆਇਲ ਪਾਇਆ ਆ, ਜਿਸ ਨੂੰ ਥੋੜ੍ਹਾ ਜਿਹਾ ਗਰਮ ਹੋਣ ਦੇ ਬਾਅਦ ਅਸੀਂ ਉਹਦੇ ਵਿੱਚ ਪਾ ਦੇਵਾਂਗੇ ਆਪਣੇ ਜਿੰਜਰ, ਗਾਰਲਿਕ ਅਤੇ ਓਨੀਅਨ ਦੀ ਸੋਰੀ ਗ੍ਰੀਨ ਚਿੱਲੀ ਦੀ ਪੇਸਟ। ਇਹਨੂੰ ਥੋੜ੍ਹਾ ਜਿਹਾ ਕੁੱਕ ਕਰਾਂਗੇ, ਜਦੋਂ ਇਹ ਸਾਰਾ ਕੁੱਕ ਹੋ ਗਿਆ ਅਤੇ ਫਿਰ ਅਸੀਂ ਇਹਦੇ ਵਿੱਚ ਓਨੀਅਨ ਪਾ ਦੇਵਾਂਗੇ। ਹੁਣ ਸਾਡਾ ਗਾਰਲਿਕ ਅਤੇ ਜਿੰਜਰ ਅਤੇ ਚਿੱਲੀ ਦੀ ਪੇਸਟ ਭੁੱਜ ਗਈ, ਉਹਦੇ ਵਿੱਚ ਅਸੀਂ ਜੀਰਾ ਅਤੇ ਅਜਵਾਇਣ ਪਾ ਦਿੱਤਾ ਹੈ, ਥੋੜ੍ਹਾ ਜਿਹਾ ਜਿਹੜਾ ਸਾਲਟ ਰੱਖਿਆ ਸੀ ਉਹ ਵੀ ਪਾਤਾ। ਅਤੇ ਹੁਣ ਅਸੀਂ ਪਾ ਦੇਵਾਂਗੇ ਬਾਕੀ ਦੇ ਸਪਾਈਸਿਸ, ਜਿਹਦੇ ਵਿੱਚ ਸਾਡੇ ਕੋਲ ਹਲਦੀ, ਗਰਾਊਂਡ ਜਿੰਜਰ ਅਤੇ ਸਾਡੇ ਕੋਲ ਥੋੜ੍ਹਾ ਜਿਹਾ ਗਰਾਊਂਡ ਹੈਗਾ ਸੀ ਜੀਰਾ, ਅਸੀਂ ਉਹ ਪਾਤਾ। ਹੁਣ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਅਤੇ ਫਿਰ ਇਹਦੇ ਵਿੱਚ ਅਸੀਂ ਪਾਵਾਂਗੇ ਓਨੀਅਨ। ਅਸੀਂ ਅੱਜ ਮਸਟਰਡ ਆਇਲ 'ਚ ਬਣਾ ਰਹੇ ਹਾਂ, ਤੁਸੀਂ ਆਪਣੀ ਹਿਸਾਬ ਦੇ ਨਾਲ ਇਹਨੂੰ ਦੇਸੀ ਘਿਓ ਦੇ ਵਿੱਚ ਜਾਂ ਕਿਸੇ ਹੋਰ ਓਇਲ ਦੇ ਵਿੱਚ ਵੀ ਬਣਾ ਸਕਦੇ ਹਾਂ। ਸਾਡੇ ਸਾਰੇ ਮਸਾਲੇ ਭੁੱਜ ਗਏ ਨੇ ਜੀ, ਅਤੇ ਹੁਣ ਅਸੀਂ ਉਹਦੇ ਵਿੱਚ ਓਨੀਅਨ ਪਾਤਾ ਹੈ। ਹੁਣ ਅਸੀਂ ਓਨੀਅਨ ਨੂੰ ਭੁੰਨ ਲਵਾਂਗੇ, ਜਦੋਂ ਥੋੜ੍ਹਾ ਜਿਹਾ ਸਾਡਾ ਓਨੀਅਨ ਭੁੱਜ ਗਿਆ ਤਾਂ ਫਿਰ ਅਸੀਂ ਟਮਾਟਰ ਪਾਵਾਂਗੇ। ਹਾਂਜੀ, ਹੁਣ ਸਾਡੇ ਓਨੀਅਨ ਅਤੇ ਸਾਰੇ ਮਸਾਲੇ ਭੁੱਜ ਗਏ ਆ, ਅਤੇ ਅਸੀਂ ਉਹਦੇ ਵਿੱਚ ਪਾ ਰਹੇ ਹਾਂ ਟਮਾਟੋ। ਸਬਜ਼ੀ ਬਣ ਕੇ ਤਿਆਰ ਆ, ਅਤੇ ਅਸੀਂ ਉਹਦੇ ਵਿੱਚ ਹਰਾ ਧਨੀਆ ਪਾ ਦੇਵਾਂਗੇ। ਤਾਂ ਤੁਸੀਂ ਆਪਣੇ ਇਸ ਰੈਸਪੀ ਨੂੰ ਫੋਲੋ ਕਰਕੇ ਤੁਸੀਂ ਬਣਾ ਕੇ ਦੇਖਿਓ ਕਿ ਤੁਹਾਡੀ ਛੋਲਿਆਂ ਦੀ ਅਤੇ ਆਲੂਆਂ ਦੀ ਸਬਜ਼ੀ ਕਿੱਦਾਂ ਦੀ ਬਣੀ ਹੈ। ਜੇ ਤੁਸੀਂ ਆਲੂ ਨਹੀਂ ਪਾਉਣੇ ਤਾਂ ਤੁਸੀਂ ਇਕੱਲੀ ਛੋਲਿਆਂ ਦੀ ਵੀ ਬਣਾ ਸਕਦੇ ਹੋ। ਸੋ ਹੋਪਫੁਲੀ ਜੇ ਤੁਹਾਨੂੰ ਰੈਸਪੀ ਪਸੰਦ ਆਈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰੋ ਜੀ। ਅਤੇ ਮਿਲਦੇ ਹਾਂ ਅਗਲੇ ਵੀਡੀਓ ਦੇ ਨਾਲ, ਨਵੇਂ ਰੈਸਪੀ ਦੇ ਨਾਲ। ਓਕੇ ਜੀ, ਬਾਏ, ਗੋਡ ਬਲੈਸ ਯੂ। ਹੁਣ ਸਾਡੀ ਛੋਲਿਆਂ ਦੀ ਸਬਜ਼ੀ ਬਣ ਗਈ ਹੈ, ਅਤੇ ਅੱਜ ਅਸੀਂ ਇਹਨੂੰ ਬਾਜਰੇ ਦੀ ਰੋਟੀ ਨਾਲ ਖਾ ਰਹੇ ਹਾਂ, ਅਤੇ ਸਾਡੀ ਬਾਜਰੇ ਦੀ ਰੋਟੀ ਇੱਕ ਬਣ ਵੀ ਰਹੀ ਹੈ। ਜੇ ਤੁਹਾਨੂੰ ਬਾਜਰੇ ਦੀ ਰੋਟੀ ਦੀ ਰੈਸਪੀ ਚਾਹੀਦੀ ਤਾਂ ਪਲੀਜ਼ ਸਾਨੂੰ ਕਮੈਂਟ ਦੇ ਵਿੱਚ ਦੱਸਿਓ, ਅਸੀਂ ਤੁਹਾਨੂੰ ਬਾਜਰੇ ਦੀ ਰੋਟੀ ਬਣਾਉਣਾ ਵੀ ਦੱਸਾਂਗੇ ਕਿਸ ਤਰ੍ਹਾਂ ਬਣਦੀ ਹੈ।